اعوذ باللہ من الشیطان الرجیم بسم اللہ الرحمن الرحیم الف لام را اے کتاب ہے پکیاں بنیاں نے گلاں ہو دیاں پھر جدا جدا بیان ہویاں نے کولو حکمت والے خبردار دیو پئی نہ پوجو کسے نو باج اللہ دے میں ضرور تساں لئی اس پر لون ڈرانے تے خوشخبری دینے والا تے پئی بخشش منگو رب اپنے تو پھر توبہ کرو اگے ہو دے ਫਾਇਦਾ ਦੇਗਾ ਤੁਸਾਨੂੰ ਸੋਹਣਾ ਫਾਇਦਾ ਇੱਕ ਵਕਤ ਮੁਕਰਰ ਤੀਕ ਤੇ ਦੇਗਾ ਹਰ ਇੱਕ ਵਧੀਰੇ ਅਮਲ ਵਾਲੇ ਨੂੰ ਸੁਆਬ ਉਹਦੇ ਵਧੀਰੇ ਅਮਲ ਦਾ ਤੇ ਜੇ ਮੂੰਹ ਮੋੜਿਓ ਜੇ ਤਾਂ ਮੈਨੂੰ ਡਾਰੇ ਤੁਸਾਂ ਉੱਤੇ ਬੜੇ ਦਿਨ ਦੇ ਅਜ਼ਾਬ ਦਾ ਅੱਲਾ ਹੀ ਵਾਲੇ ਮੁਰਨਾ ਤੁਹਾਡਾ ਤੇ ਉਹਦਾ ਹਰ ਕਾਸੇ ਉੱਤੇ ਬਸ ਚੱਲਦਾ ਹੈ ਵੇਖੋ ਉਹ ਜ਼ਰੂਰ ਦੋਰੇ ਕਰਦੇ ਤੇ ਮੋੜਦੇ ਸੀਨੇ ਆਪਣੇ ਤਾਂ ਛੁੱਪ ਜਾਣ ਉਸ ਤੋਂ ਖਬਰਦਾਰ ਜਦ ਉਤੇ ਲੈਂਦੇ ਨੇ ਕਪੜੇ ਆਪਣੇ ਜਾਣਦਾ ਹੈ ਜੋ ਛਪਾਉਂਦੇ ਨੇ ਤੇ ਜੋ ਜ਼ਾਹਿਰ ਕਰਦੇ ਨੇ ਉਹ ਜ਼ਰੂਰ ਜਾਣਦਾ ਹੈ ਦਿਲਾਂ ਦੇ ਪੇਤ ਨਹੀਂ ਕੋਈ ਜਾਨਦਾਰ ਜ਼ਮੀਨ ਵਿੱਚ ਪਰ ਅੱਲਾ ਦੇ ਜ਼ਿੰਮੇ ਹੈ ਰਿਜ਼ਕੋ ਦਾ ਤੇ ਜਾਣਦਾ ਹੈ ਖੈਰਨ ਦਾ ਥਾਂ ਉਹਦਾ ਤੇ سپرد ਹੋਣੇ ਦਾ ਥਾਂ ਉਹਦਾ ਹਰ ਗੱਲ ਦਰਜੇ ਕਿਤਾਬ ਰੋਸ਼ਨ ਵਿੱਚ ਉਹੋ ਹੀ ਜेन ਬਣਾਇਆ ਅਸਮਾਨ ਤੇ ਜ਼ਮੀਨ 6 ਦਿਨਾਂ ਵਿੱਚ ਤੇ ਤਖਤ ਉਹਦਾ ਸੀ ਇਹ ਤੋਂ ਪਹਿਲੇ ਪਾਣੀ ਉੱਤੇ ਤਾਂ ਅਜ਼ਮਾਇ ਤਾਨੂੰ ਕਿਹੜਾ ਤੁਹਾਡਾ ਬਦੇੜਾ ਸੋਣਾ ਹੈ ਅਮਲਾ ਵਿੱਚੋਂ ਇਹ ਹਬੀਬ ਜੇ ਤੂੰ ਆਖੇ ਭਾਈ ਤਸਾਂ ਜ਼ਰੂਰ ਉਠਾਇਆ ਜਾਣਾ ਹੈ ਮਰਨੇ ਦੇ ਪਿੱਛੋਂ ਤਾਂ ਜ਼ਰੂਰ ਆਖਣਗੇ ਜਿਹੜੇ ਬੇਈਮਾਨ ਹੋਏ ਨੇ ਨਹੀਂ ਇਹ ਪਰ ਜਾਦੂ ਖੁੱਲਾ-ਖੁੱਲਾ ਯਾਨੀ ਜਿਉਂ ਜਾਦੂ ਉੱਤੋਂ ਕੁਝ ਹੋਰ ਤੇ ਵਿੱਚੋਂ ਕੁਝ ਹੋਰ ਹੁੰਦਾ ਹੈ ਇਸੇ ਤਰ੍ਹਾਂ ਇਹ ਗਾਲ ਉੱਤੋਂ ਚੋਪੜੀ ਚਾਪੜੀ ਸੋਹਣੀ ਲੁਮੋਂਦੀ ਹੈ ਤੇ ਵਿੱਚੋਂ ਨੀਲੀ ਝੂਠੀ ਹੈ ਤੇ ਜੇ ਅਸੀਂ ਪਛੇਰੇ ਪਾ ਦਈਏ ਉਹਨਾਂ ਤੋਂ ਅਜ਼ਾਬ ਇੱਕ ਗਿਣੀ ਹੋਈ ਮੁੱਦਤ ਤੱਕ ਤਾਂ ਜ਼ਰੂਰ ਆਖਣਗੇ ਕੀ ਚੀਜ਼ ਰੋਕਦੀ ਹੈ ਉਸ ਨੂੰ ਸੁਣ ਰੱਖੋ ਜਿਸ ਦਿਨ ਆਵੇਗਾ ਉਹਨਾਂ ਨੂੰ ਨਾ ਮੋੜਿਆ ਜਾਏਗਾ ਉਹਨਾਂ ਤੋਂ ਤੇ ਕੇਲੇਗੀ ਉਹਨਾਂ ਨੂੰ ਸਜ਼ਾ ਉਸ ਦੀ ਜਿਸ ਦਾ ਠੱਠਾ ਕਰਦੇ ਸਨ ਜੇ ਜਿਖਾਈ ਅਸੀਂ ਆਦਮੀ ਨੂੰ ਆਪਣੇ ਵੱਲੋਂ ਸਵਾਦ ਰਹਿਮਤ ਦਾ ਫਿਰ ਉਹ ਖੋ ਲਈ ਉਸ ਤੋਂ ਤਾਂ ਉਹ ਜ਼ਰੂਰੀ ਨਾ ਉਮੀਦ ਹੋ ਕੇ ਨਾ ਸ਼ੁکری ਕਰਨ ਲੱਗ ਪੈਂਦਾ ਜੇ ਅਸੀਂ ਚਖਾਈਏ ਉਸ ਨੂੰ ਆਰਾਮ ਪਿੱਛੇ ਦੁੱਖ ਦੇ ਜੋ ਪਹੁੰਚਾ ਸੀ ਉਹਨੂੰ ਤਾਂ ਜ਼ਰੂਰ ਆਖੇਗਾ ਚਲਿਆਂ ਗਿਆ ਨੇ ਸ਼ਕਤੀਆਂ ਮੈਂ ਤੋਂ ਉਹ ਜ਼ਰੂਰੀ ਮਸਤ ਤੇ ਸ਼ੇਖੀ ਖੋਰਾ ਬਣ ਜਾਂਦਾ ਹੈ ਜਿਹੜੇ ਸਹੰਦੇ ਰਹੇ ਤੇ ਕੀਤੀਆਂ ਭਲਾਈਆਂ ਉਹੋ ਨੇ ਜਿਨ੍ਹਾਂ ਲਈ ਬਖਸ਼ਿਸ਼ ਤੇ ਸਵਾਬ ਬੜਾ پھر شاید تسی اے حبیب چھڑ بو بو کچھ اوس حکم چون جو اتر دے تیرے وال تے تنگ ہوئے اوس نال دل تو آڈا ایس گلوں جو آخ نے کیوں نہ اترے اوس اتے کوئی خزانہ یا کیوں نہ آیا او دنال فرشتا دے نال کوئی فرشتہ تے تو نرا ڈران والا ہے اگے اللہ ہر کاسے دا ذمہ دار ہے پھلا آخ نے آپ جوڑ لیا سوئے قرآن تسی آکھو پھر لیاو دس صورتہ دے جائیں ਆਪ ਜੋੜੀਆਂ ਹੋਈਆਂ ਤੇ ਸਦੋ ਜਿਸ ਜਿਸ ਨੂੰ ਮਦਦ ਲਈ ਸਾਧ ਸਕਦੇ ਹੋ ਸਵਾਹ ਅੱਲਾ ਦੇ ਜੇ ਤੁਸੀਂ ਸੱਚੇ ਹੋ ਫਿਰ ਜੇ ਤੁਹਾਡੇ ਮعبੂਦਾ ਨਾ ਜਵਾਬ ਦਿੱਤੋ ਨੇ ਤੁਹਾਨੂੰ ਤਾਂ ਜਾਣ ਲਓ ਭਈ ਇਹ ਉਤਰਿਆ ਹੈ ਅੱਲਾ ਦੇ ਇਲਮ ਨਾਲ ਤੇ ਇਹ ਜੋ ਕੋਈ ਲਾਇਕ ਪੂਜਾ ਦੇ ਨਹੀਂ ਬਾਜੋ ਦੇ ਫਿਰ ਭਲਾ ਹੋ ਤੁਸੀਂ ਫਰਮਾਬਰਦਾਰ ਜਿਹੜਾ ਚੰਦਾ ਹੋਵੇ ਜੂਨਾ ਦੁਨੀਆ ਦਾ ਤੇ ਸੋਹਣ ਉਸ ਦਾ ਪੂਰਾ ਦੇਨੇ ਅਸੀਂ ਉਹਨਾਂ ਨੂੰ ਫਲ ਉਹਨਾਂ ਦੇ ਅਮਲਾਂ ਦਾ ਇੱਥੇ ਤੇ ਉਹਨਾਂ ਨੂੰ ਇੱਥੇ ਕੱਟ ਨਹੀਂ ਮਿਲਦਾ ਪਰ ਉਹੋ ਨੇ ਜਿਨ੍ਹਾਂ ਲਈ ਕੁਝ ਨਹੀਂ ਹੈ ਆਖਰਤ ਵਿੱਚ ਸਵਾਹ ਆਗਦੇ ਤੇ ਓਗਤ ਗਿਆ ਜੋ ਬਣਾਇਓ ਨੇ ਦੁਨੀਆਂ ਵਿੱਚ ਤੇ ਖਰਾਬ ਹੋਇਆ ਉਹਨਾਂ ਦਾ ਕੀਤਾ ਕਰਾਇਆ ਲਾ ਫਿਰ ਜਿਹੜਾ ਸ਼ਖਸ ਖਲੋਤਾ ਹੋਵੇ ਸਾਫ਼ ਦਲੀਲ ਉੱਤੇ ਆਪਣੇ ਰੱਬ ਵੱਲੋਂ ਤੇ ਪਿੱਛੋ ਆ ਮਿਲਦਾ ਉਹਨੂੰ ਗਵਾਹ ਯਾਨੀ ਕੁਰਾਨ ਉਸ ਵੱਲੋਂ ਤੇ ਪਹਿਲੇ ਉਹਦੇ ਕਿਤਾਬ ਵੀ ਮੌਜੂਦ ਸੀ موسی ਦੀ ਦੇਸ਼ਵਾ ਤੇ ਰਹਿਮਤ ਉਹ ਲੋਕ ਮੰਨਦੇ ਨੇ ਇਸ ਨੂੰ ਤੇ ਜਿਹੜਾ ਨਾ ਮੰਨੇਗਾ ਇਸ ਨੂੰ ਸਭ ਟੋਲਿਆਂ ਵਿੱਚੋਂ ਸੋ ਅੰਗੇ ਉਹਦੇ ਵਾਦੇ ਦਾ ਤਾਂ ਸੋ ਇਹ ਹਦੀਬ ਨਾ ਹੋ ਸ਼ੱਕ ਵਿੱਚ ਉਸ ਤੋਂ ਉਹ ਜ਼ਰੂਰ ਸੱਚੇ ਤੇਰੇ ਰੱਬ ਵੱਲੋਂ ਪਰ ਬਹੁਤੇ ਲੋਕ ਨਹੀਂ ਮੰਨਦੇ ਉਸ ਨਾਲੋਂ بڑا ਜ਼ਾਲਮ ਕੌਣ ਹੈ ਜਿਨ ਜੋੜਿਆ ਅੱਲਾ ਉਤੇ ਝੂਠ ਉਹਨਾਂ ਨੇ ਰੂਬ ਰੂਹ ਹੋਣਾ ਹੈ ਆਪਣੇ ਰੱਬ ਦੇ ਤੇ ਆਖਣਗੇ ਗਵਾਹ ਜੇ ਇਹੋ ਲੋਕ ਨੇ जिन्ना ਝੂਠ ਬੋਲਿਆ ਹੈ ਆਪਣੇ ਰੱਬ ਉਤੇ ਸੁਣ ਰੱਖੋ ਫਟਕਾਰਿਆ ਅੱਲਾ ਦੀ ਜ਼ਾਲਮਾਂ ਉਤੇ ਰੋਕਦੇ ਨੇ ਅੱਲਾ ਦੇ ਰਾਹੂੰ ਤੇ ਝੂਠ ਦੇ ਨੇ ਉਸ ਵਿੱਚ ਡਿੰਗਿਆਈ ਤੇ ਉਹੋ ਹੀ ਨੇ ਆਖਰਤ ਤੋਂ ਮੁਨਕਰ ਉਹ ਲੋਕ ਨਹੀਂ ਉਹ ਹੈਰਾਨ ਜੋਗੇ ਅੱਲਾ ਨੂੰ ਨਸ ਕੇ ਜ਼ਮੀਨ ਵਿੱਚ ਕਿ ਨਹੀਂ ਉਹਨਾਂ ਲਈ ਸਵਾਲ ਅੱਲਾ ਦੇ ਕੋਈ ਹਮਾਇਤੀ ਦੂਣੀ ਪੈਗੀ ਉਹਨਾਂ ਨੂੰ ਮਾਰ ਤਾਕਤ ਨਹੀਂ ਸੰਰਖਦੇ ਸੁਣਨ ਦੀ ਤੇ ਨਾ ਵੇਖ ਸਕਦੇ ਨੇ ਉਹੋ ਨੇ ਜਿੰਨਾ ਕਾਠੇ ਵਿੱਚ ਪਾ ਦਿੱਤੀਆਂ ਜਾਂਨਾ ਆਪਣੀਆਂ ਤੇ ਵਿਸਰ ਗਿਆ ਉਹਨਾਂ ਤੋਂ ਜੋ ਝੂਠ ਜੋੜਦੇ ਹੁੰਦੇ ਸਨ ਕੋਈ ਸ਼ੱਕ ਨਹੀਂ ਜ਼ਰੂਰ ਉਹੋ ਹੀ ਨੇ ਆਖਰਤ ਵਿੱਚ ਵਧੇਰੇ ਕਾਠੇ ਵਾਲੇ ਰਹਿ ਉਹ ਲੋਕ ਜਿਨ੍ਹਾਂ ਮੰਨਿਆ ਤੇ ਕੀਚੀਆਂ ਪਲਾਈਆਂ ਤੇ ਅੱਜ ਦੀ ਕੀਤੀ ਆਪਣੇ ਰੱਬ ਗਏ ਜ਼ਰੂਰ ਉਹੋ ਨਿਬਇਸ਼ਤ ਵਾਲੇ ਉਹਨਾਂ ਉੱਤੇ ਸਦਾ ਰਹਿਣਾ ਹੈ ਹਾਲ ਇਹਨਾਂ ਦੋਵਾਂ ਟੋਲੇਾਂ ਦਾ ਇੱਕ ਅੰਨੇ ਤੇ ਬੋਲੇ ਤੇ ਦੂਜੇ ਸੁਝਾਕੇ ਤੇ ਸੁਣਦੇ ਵਾਂਗੂ ਹੈ ਪਨਾਹ ਬਰਾਬਰ ਹੋ ਸਕਦਾ ਹੈ ਹਾਲ ਦੋਵਾਂ ਦਾ ਕਿਉਂ ਫੇਰ ਮਤ ਨਹੀਂ ਲੈਂਦੇਓ ਜਰੂਰ ਭੇਜਿਆ ਅਸਾਂ ਨੂੰ ਨੂੰ ਉਹਦੀ ਕੌਮ ਵੱਲ ਆਖਿਓ ਸੁ ਮੈਂ ਜਰੂਰ ਤੁਸਾਂ ਦੀ ਡਰਾਨ ਵਾਲਾ ਖੁੱਲਾ-ਖੁੱਲਾ ਨਾ ਪੁੱਜੋ ਬਾਝ ਅੱਲਾ ਦੇ ਮੈਨੂੰ ਜਰੂਰ ਡਾਰੇ ਤੁਸਾਂ ਉੱਤੇ ਦੁੱਖ ਦੇ ਦਿਨ ਦੀ ਮਾਰਦਾ ਆਖਿਆ ਸਰਦਾਰਾਂ ਨੇ ਜਿਹੜੇ ਬੇਈਮਾਨ ਹੋਏ ਉਹਦੀ ਕੌਮ ਵਿੱਚੋਂ ਨਹੀਂ ਵੇਖਦੇ ਅਸੀਂ ਤੈਨੂੰ ਪਰ ਆਦਮੀ ਆਪਣੇ ਜਿਆ ਤੇ ਨਹੀਂ ਵੇਖਦੇ ਅਸੀਂ ਜੋ ਮਗਲ ਲੱਗੇ ਨੇ ਤੇਰੇ ਬਗੈਰ ਸੋਚੇ ਸਮਝੇ ਪਰ ਉਹ ਜਿਹੜੇ ਕਮੀ ਨੇ ਸਾਡੇ ਵਿੱਚੋਂ ਤੇ ਨਹੀਂ ਵੇਖ ਜੀ ਅਸੀਂ ਤੁਸਾਂ ਲਈ ਆਪਣੇ ਉੱਤੇ ਕੁਝ ਵਿਡਿਆਈ ਸਗੋਂ ਅਸੀਂ ਗੁਮਾਨ ਕਰਨੇ ਤੁਹਾਨੂੰ ਝੂਠੇ ਆਖਿਓ ਸੁ ਐ ਮੇਰੀ ਕੌਮ ਦੱਸੋ ਮੈਨੂੰ ਜੇ ਹੋਇਆ ਮੈਂ ਸਾਫ ਦਲੀਲ ਉੱਤੇ ਆਪਣੇ ਰੱਬ ਵੱਲੋਂ ਤੇ ਦਿੱਤੀ ਸੁ ਮੈਨੂੰ ਮਿਹਰ ਖਾਸ ਆਪਣੇ ਕੋਲੋਂ ਤੇ ਫਿਰ ਲੁਕ ਗਈ ਹੋਵੇ ਤੁਸਾਂ ਤੋਂ ਪਹਿਲਾਂ ਅਸਾਂ ਕੁਝ ਪਾ ਦੇਣੀ ਸਿਰ ਤੁਹਾਡੇ ਜ਼ਬਰਦਸਤੀ ਜਦ ਤੁਸੀਂ ਬੜਾ ਸਮਝ ਕੇ ਨਾ ਮੰਨਣਾ ਚਾਹੋ ਐ ਮੇਰੀ ਕੌਮ ਨਹੀਂ ਮੰਗਦਾ ਮੈਂ ਤੁਸਾਂ ਤੋਂ ਇਸ ਉੱਤੇ ਕੁਝ ਮਾਲ ਮੇਰੀ ਮਜ਼ਦੂਰੀ ਨਹੀਂ ਪਰ ਅੱਲਾਹ ਉੱਤੇ ਤੇ ਨਾ ਮੈਂ ਕੱਡੂਆਂ ਈਮਾਨਦਾਰਾਂ ਨੂੰ ਜਿੰਨਾ ਮੇਰੀ ਗੱਲ ਮੰਨੀ ਏ ਉਹਨਾਂ ਜ਼ਰੂਰ ਮਿਲਣਾ ਹੈ ਆਪਣੇ ਰੱਬ ਨੂੰ ਪਰ ਮੈਂ ਦੇਖਣਾ ਤੁਹਾਨੂੰ ਇੱਕ ਲੋਕ ਜੋ ਨਾਦਾਨੀ ਕਰਦੇ ਹੋ ਇਹ ਮੇਰੀ ਕੌਮ ਕੌਣ ਮਦਦ ਕਰੇਗਾ ਮੇਰੀ ਅੱਲਾ ਦੇ ਅਜ਼ਾਬੋਂ ਜੇ ਕੱਢ ਦਿਆਂ ਮੈਂ ਉਹਨਾਂ ਨੂੰ ਕਿਉਂ ਫਿਰ ਮਤ ਨਹੀਂ ਲੈਂਦੇ ਹੋ ਮੈਂ ਨਹੀਂ ਆਖਦਾ ਤੁਹਾਨੂੰ ਭਈ ਮੇਰੇ ਕੋਲ ਨੇ ਖਜ਼ਾਨੇ ਅੱਲਾ ਦੇ ਤੇ ਨਾ ਮੈਂ ਗੈਬ ਜਾਣਨਾ ਤੇ ਨਾ ਮੈਂ ਆਖਣਾ ਪਈ ਮੈਂ ਜ਼ਰੂਰ ਫਰਿਸ਼ਤਾ ਤੇ ਨਾਮ ਹੈ ਆਖਣਾ ਜਿਨ੍ਹਾਂ ਨੂੰ ਕਮੀ ਜਾਣਦੇ ਨੇ ਅੱਖੀਆਂ ਤੁਹਾਡੀਆਂ ਭਾਈ ਨਾ ਹੀ ਦੇਗਾ ਉਹਨਾਂ ਨੂੰ ਅੱਲਾ ਪਹਲਾਈ ਅੱਲਾ ਖੂਬ ਜਾਣਦਾ ਹੈ ਜੋ ਉਹਨਾਂ ਦੇ ਜੀਆਂ ਵਿੱਚ ਹੈ ਜੇ ਮੈਂ ਇੰਜ ਆਖਾਂ ਮੈਂ ਤਦ ਜ਼ਰੂਰੀ ਜ਼ਾਲਮਾਂ ਵਿੱਚੋਂ ਆਖਿਓ ਨੇ ਇਹ ਨੂੰ ਜ਼ਰੂਰ ਝਗੜਾ ਚੁਕਾਈ ਸਾਡੇ ਨਾਲ ਫਿਰ ਬਹੁਤ ਕਰ ਚੁੱਕੇ ਝਗੜਾ ਨਾਲ ਸਾਡੇ ਹੁਣ ਲਿਆ ਸਾਂ ਉੱਤੇ ਜੋ ਵਾਅਦਾ ਦੇਣਾ ਸਾਨੂੰ ਜੇ ਤੂੰ ਸੱਚਾ ਹੈ ਤੇ ਆਖਿਓ ਸੂ ਲਿਆਵੇਗਾ ਤੂੰ ਸਾਂ ਉੱਤੇ ਉਸ ਨੂੰ ਨੇਰਾ ਅੱਲਾ ਜੇ ਚਾਹੇਗਾ ਤੇ ਨਹੀਂ ਤੁਸੀਂ ਉਹਨੂੰ ਠਕਾਉਣ ਜੋਗੇ ਤੇ ਨਾ ਨਫਾ ਦੇਗੀ ਤੁਹਾਨੂੰ ਨਸੀਹਤ ਮੇਰੀ ਜੇ ਮੈਂ ਚਾਹਾਂ ਜੋ ਨਸੀਹਤ ਕਰਾਂ ਤੁਹਾਨੂੰ ਜੇਕਰ ਅੱਲਾਹ ਚਾਹਦਾ ਹੋਵੇਗਾ ਜੋ ਕੋ ਰਾਹ ਪਾਏ ਤੁਹਾਨੂੰ ਉਹ ਹੈ ਰੱਬ ਤੁਹਾਡਾ ਤੇ ਉਸੇ ਵੱਲ ਮੋੜੇ ਜਾਓਗੇ ਕਿਉਂ ਆਖਦੇ ਨੇ ਇਹ ਹਬੀਬ ਝੂਠ ਜੋੜ ਲਿਆ ਸੂਏ ਕੁਰਾਨ ਤੁਸੀਂ ਆਖੋ ਜੇ ਮੈਂ ਝੂਠ ਜੋੜ ਲਿਆ ਤਾਂ ਮੇਰੇ ਸਿਰੇ ਗੁਨਾਹ ਮੇਰਾ ਤੇ ਮੈਂ ਅਲੱਗਾਂ ਉਸ ਤੋਂ ਜੋ ਤੁਸੀਂ ਕਰ ਦਿਓ ਹੁਕਮ ਆਇਆ ਨੂ ਵੱਲ ਪਈ ਓ ਗੱਲ ਏ ਜੇ ਕਿਸੇ ਨਹੀਂ ਮੰਨਣਾ ਤੇਰੀ ਕੌਮ ਵਿੱਚ ਹੁਣ ਪਰ ਜਿਹੜਾ ਮੰਨ ਚੁੱਕਾ ਸੋ ਮੰਨ ਚੁੱਕਾ ਸੋ ਤੂੰ ਨਾ ਗਮ ਕਰ ਉਸ ਕੰਮੋਂ ਜੋ ਕਰ ਰਹੇ ਨੇ ਤੇ ਬਣਾ 베ੜੀ ਰੂਬ ਰੂ ਅੱਖੀਆਂ ਸਾਡੀਆਂ ਦੇ ਤੇ ਨਾਲ ਸਾਡੇ ਹੁਕਮ ਦੇ ਤੇ ਨਾ ਸਫਾਰਿਸ਼ ਕਰੀ ਮੇਰੇ ਨਾਲ ਉਹਨਾਂ ਦੇ ਹੱਕ ਵਿੱਚ ਜਿੰਨਾ ਜ਼ੁਲਮ ਕੀਤਾ ਉਹਨਾਂ ਜ਼ਰੂਰ ਡੁੱਬ ਜਾਣਾ ਤੈਨੂੰ ਬਣਾਉਂਦਾ ਸੀ 베ੜੀ ਜਦ ਲੰਗਦੇ ਨੇ ਉਹਦੇ ਕੋਲੋਂ ਸਰਦਾਰ ਉਹਦੀ ਕੌਮ ਦੇ ਠੱਠਾ ਕਰਦੇ ਸਨ ਉਹਨੂੰ ਆਖਿਓ ਸੂ ਜੇ ਤੁਸੀਂ ਠੱਠਾ ਕਰ ਦਿਓ ਸਾਨੂੰ ਤਾਂ ਅਸੀਂ ਠੱਠਾ ਕਰ ਲਿਆ ਤੁਹਾਨੂੰ ਜਿਉ ਤੁਸੀਂ ਠੱਠਾ ਕਰ ਦਿਓ ਮੇਰੇ ਅਗੋਂ ਜਾਣ ਜਾਓਗੇ ਕਿੰਨੂ ਆਉਂਦਾ ਹੈ ﻋਜ਼ਾਬ ਜੋਖਾਰ ਕਰੇ ਉਹਨੂੰ ਤੇ ਉਤਰਦਾ ਉਸ ਤੇ ﻋਜ਼ਾਬ ਹਮੇਸ਼ਾ ਦਾ ਜਿਹੜਾ ਟਾਲਿਆਂ ਨਾ ਟੱਲੇ ਇਥੋਂ ਤੀ ਜਦ ਆਇਆ ਹੁਕਮ ਸਾਡਾ ਤੇ ਉਬਲੇ ਤੰਦੂਰ ਆਖਿਓ ਅਸਾਂ ਲੱਦ ਲੈ ਇਸ ਵਿੱਚ ਹਰ ਦਿਨਿਸ ਦਾ ਮਾਦੇ ਦਾ ਜੋੜਾ ਤੇ ਟੱਬਰ ਆਪਣਾ ਪਰ ਜਿਸ ਉੱਤੇ ਪਹਿਲੇ ਨਿਕਲ ਚੁੱਕੀ ਹੈ ਗੱਲ ਤੇ ਜਿੰ ਮੰਨਿਆ ਉਹਨਾਂ ਨੂੰ ਵੀ ਆਪਣੇ ਨਾਲ ਸਵਾਰ ਕਰ ਲਾ ਤੇ ਨਾ ਸੀ ਮੰਨਿਆ ਨੂੰ ਨਾਲ ਪਰ ਥੋੜਿਆ ਨੇ ਆਖਿਓ ਸੂ ਚੱਲ ਬੈਠੋ ਇਸ ਵਿੱਚ ਅੱਲਾ ਦੇ ਨਾਮ ਨਾਲੇ ਤੁਰਨਾ ਆਉਦਾ ਤੇ ਠਹਿਰਨਾ ਆਉਦਾ ਮੇਰਾ ਰੱਬ ਜ਼ਰੂਰ ਹੀ ਬਖਸ਼ਨਾਰ ਮਿਹਰਬਾਨ ਹੈ ਤੇ ਉਹ ਤੁਰਦੀ ਹੋ ਨ ਸਮੇਤ ਪਹਾੜਾਂ ਜਿੱਦੀ ਠਾਠ ਵਿੱਚ ਤੇ ਸਦਿਆ ਨੂੰ ਨੇ ਆਪਣੇ ਪੁੱਤਰ ਨੂੰ ਜੋ ਇੱਕ ਪਾਸੇ ਸੀ ਇਹ ਬਚੜਾ ਚੜ ਬੈਠ ਨਾਲ ਸਾਡੇ ਤੇ ਨਾ ਰੋ ਬੇਈਮਾਨਾ ਨਾਲ ਅੱਖਰ ਲਗਾ ਮੈਂ ਹੁਣੇ ਥਾਂ ਲੈ ਲਾਂਗਾ ਪਹਾੜ ਵੱਲ ਜੋ ਬਚਾਵੇਗਾ ਮੈਨੂੰ ਪਾਣੀ ਤੋਂ ਆਖਿਓ ਸੁ ਕੋਈ ਨਹੀਂ ਬਚਾਣ ਜੋਗਾ ਅੱਜ ਅੱਲਾ ਦੇ ਹੁਕਮ ਤੋਂ ਯਾਨੀ ਪਾਣੀ ਤੋਂ ਪਰ ਜੇ ਤੂੰ ਤੇ ਮਿਹਰ ਕਰੇ ਤੇ ਪਰਦਾ ਹੋ ਗਈ ਦੋਵੇਂ ਚਠਾਟ ਫਿਰ ਹੋ ਗਿਆ ਪੁੱਤਰ ਡੁੱਬਿਆ ਹੋਇਆ ਥੀ ਇਹ ਹੁਕਮ ਹੋਇਆ ਇਹ ਜ਼ਮੀਨ ਨਿਕਲ ਜਾ ਪਾਣੀ ਆਪਣਾ ਤੇ ਆਸਮਾਨ ਥਮ ਜਾ ਤੇ ਸੁੱਕ ਗਿਆ ਪਾਣੀ ਤੇ ਨਿਭੜ ਚੁੱਕਾ ਕੰਮ ਤੇ ਠਹਿਰ ਗਈ ਬੇੜੀ ਜੂਦੀ ਪਹਾੜ ਉੱਤੇ ਤੇ ਆਖਿਆ ਗਿਆ ਦੂਰ ਹੋ ਗਏ ਲੋਕ ਜ਼ਾਲਿਮ ਤੇ ਪੁਕਾਰਿਆ ਨੂੰ ਨੇ ਆਪਣੇ ਰੱਬ ਨੂੰ ਫੇ ਆਖਿਓ ਸੁ ਮੇਰੇ ਰੱਬਾ ਮੇਰਾ ਪੁੱਤਰ ਜ਼ਰੂਰ ਮੇਰੇ ਟੱਬਰ ਵਿੱਚੋਂ ਸੀ ਤੇ ਤੇਰਾ ਵਾਅਦਾ ਜ਼ਰੂਰ ਸੱਚਾ ਹੈ ਤੇ ਤੂੰ ਚੰਗਾ ਹਕਮ ਹੈ ਸਭ ਹਕਮਾਂ ਤੋਂ فرمایا ਇਹ ਨੂੰ ਉਹ ਜ਼ਰੂਰ ਨਹੀਂ ਤੇਰੇ ਟੱਬਰ ਵਿੱਚੋਂ ਸੀ ਉਹਦਾ ਕਰਤਬ ਚੰਗਾ ਨਹੀਂ ਸੀ ਫੇਰ ਨਾ ਸਵਾਲ ਕਰ ਮੈਨੂੰ ਜਿਸ ਗੱਲ ਦੀ ਹਕੀਕਤ ਦੀ ਤੈਨੂੰ ਖਬਰ ਨਹੀਂ ਮੈਂ ਜ਼ਰੂਰ ਨਸੀਹਤ ਕਰਨਾ ਤੈਨੂੰ ਤਾਂ ਨਾ ਹੋ ਜਾਵੇਂ ਤੂੰ ਅਨਜਾਣਾ ਵਿੱਚੋਂ ਨੂੰ ਆਖਿਓ ਸੁ ਮੇਰੇ ਰੱਬਾ ਮੈਂ ਜ਼ਰੂਰ ਤੇਰੀ ਪਨਾਹ ਮੰਗਣਾ ਇਸ ਤੋਂ ਜੋ ਸਵਾਲ ਕਰਾਂ ਤੈਨੂੰ ਜਿਸ ਗੱਲ ਦੀ ਨਹੀਂ ਹੈ ਮਾਨੂੰ ਖਬਰ ਤੇ ਜੇ ਨਾ ਬਖਸ਼ੇਗਾ ਮੈਨੂੰ ਤੇ ਨਾ ਮਿਹਰ ਕਰੇਗਾ ਮੇਰੇ ਉੱਤੇ ਤਾਂ ਹੋ ਜਾਵਾਂਗਾ ਘਾਟੇ ਵਾਲਿਆਂ ਵਿੱਚੋਂ ਹੁਕਮ ਹੋਇਆ ਐ ਨੂੰ ਉੱਤਰ ਬਹੁ ਸਲਾਮਤੀ ਨਾਲ ਸਾਡੇ ਵੱਲੋਂ ਤੇ ਬਰਕਤਾਂ ਹਨ ਤੇਰੇ ਉੱਤੇ ਤੇ ਹੋਰ ਕਈ ਗੁਰਾਂ ਉੱਤੇ ਜਿਹੜੇ ਨਾਲ ਨੇ ਤੇਰੇ ਤੇ ਕਈ ਘਰ ਆਜੇ ਵੀ ਨੇ ਫਾਇਦਾ ਦੇਾਂਗੇ ਉਹਨਾਂ ਨੂੰ ਅਸੀਂ ਕੁਝ ਮੁੱਦਤ ਫਿਰ ਪਹੁੰਚੇਗੀ ਉਹਨਾਂ ਨੂੰ ਸਾਡੇ ਕੋਲੋਂ ਦੁੱਖ ਦੀ ਮਾਰ اے ਹਬੀਬ ਇਹ ਹੀ ਗੈਬ ਦੀਆਂ ਖਬਰਾਂ ਵਿੱਚੋਂ ਜੋ ਭੇਜਨੇ ਆਂ ਅਸੀਂ ਤੇਰੇ ਵੱਲ ਜਾਣਦਾ ਨਹੀਂ ਸਾਂ ਇਹਨਾਂ ਨੂੰ ਤੂੰ ਤੇ ਨਾ ਕੌਮ ਤੇਰੀ ਪਹਰੇਸ ਦੇ ਸੋ ਸੰਦਾ ਰਹਿ ਜ਼ਰੂਰ ਅੰਤ ਭਲਾਏ ਬਚਣ ਵਾਲਿਆਂ ਦਾ ਤੇ ਭੇਜਿਆ ਆਦ ਵਾਲ ਭਰਾ ਉਹਨਾਂ ਦਾ ਹੂਜ ਆਖਿਓ ਸੁ ਇਹ ਮੇਰੀ ਕੌਮ ਪੂਜੋ ਅੱਲਾ ਨੂੰ ਨਹੀਂ ਤੁਸਾਂ ਲਈ ਕੋਈ ਲੈਕ ਪੂਜਾ ਦੇ ਸਵਾਹ ਹੋ ਦੇ ਨਹੀਂ ਉਹ ਤੁਸੀਂ ਪਰਚੂੜ ਜੋੜਨ ਵਾਲੇ ਐ ਕੌਮ ਮੇਰੀ ਨਹੀਂ ਮੰਗਦਾ ਮੈਂ ਤੁਸਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ ਨਹੀਂ ਮਜ਼ਦੂਰੀ ਮੇਰੀ ਪਰ ਉਹਦੇ ਜ਼ਿੰਮੇ ਜਿੰ ਪੈਦਾ ਕੀਤਾ ਮੈਨੂੰ ਕਿਉਂ ਫੇਰ ਅਕਲ ਨਹੀਂ ਕਰਦੇ ਹੋ ਤੇ ਐ ਮੇਰੀ ਕੌਮ ਬਖਸ਼ਿਸ਼ ਮੰਗ ਰਾਬਾ ਆਪਣੇ ਤੋਂ ਫੇਰ ਤੋਬਾ ਕਰ ਰੱਬ ਹੋ ਸਕੇ ਛੱਡ ਦੇਗਾ ਅਸਮਾਨ ਦੀਆਂ ਤੁਸਾਂ ਉੱਤੇ ਤਾਰਾਂ ਤੇ ਬਹੁਤ ਮੀਂਹ ਵਸਾਏਗਾ ਕਿ ਬਧੇਰਾ ਦੇਗਾ ਤੁਹਾਨੂੰ ਜ਼ੋਰ ਉੱਤੇ ਜ਼ੋਰ ਤੇ ਨਾ ਫਿਰ ਜਾਓ ਗੁਨਾਹਗਾਰ ਹੋ ਕੇ ਆਖਿਓ ਨੇ ਇਹ ਹੂਦ ਨਹੀਂ ਲਿਆਂਦੀ ਅਸਾਂ ਕੋਲ ਕੋਈ ਦਲੀਲ ਤੇ ਨਾ ਅਸੀਂ ਛੱਡੂਆਂ ਮਾਬੂਦਾਂ ਆਪਣਿਆਂ ਨੂੰ ਤੇਰੇ ਅੱਖ ਨਾਲ ਤੇ ਨਾ ਤੈਨੂੰ ਅਸਾਂ ਮੰਨਣਾ ਹੈ ਨਹੀਂ ਆਖਦੀ ਅਸੀਂ ਕੁਝ ਹੋਰ ਪਰ ਪੈ ਗਈ ਏ ਤੈਨੂੰ ਸਾਡੇ ਕਿਸੇ ਮਾਬੂਦ ਦੀ ਮਾਰ ਆਖਿਓ ਸੂ ਮੈਂ ਜ਼ਰੂਰ ਗਵਾਹ ਕਰਨਾ ਅੱਲਾ ਨੂੰ ਤੇ ਤੁਸੀਂ ਗਵਾਹ ਰਹੋ ਜੋ ਮੈਂ ਬੇਜ਼ਾਰ ਹਾਂ ਉਸ ਤੋਂ ਜਿਸ ਨੂੰ ਤੁਸੀਂ ਸ਼ਰੀਕ ਬਣਾਉਂਦੇ ਹੋ ਸਿਵਾ ਉਹਦੇ ਉਹ ਦਾ ਲਾ ਲਓ ਮੈਨੂੰ ਸਾਰੇ ਤੇ ਦਮ ਨਾ ਲੈਣ ਦਿਓ ਮੈਨੂੰ ਮੈਂ ਜ਼ਰੂਰ ਭਰੋਸਾ ਕੀਤਾ 라ਹ ਉਤੇ ਜੋ ਰੱਬੇ ਮੇਰਾ ਤੇ ਰੱਬੇ ਤੁਹਾਡਾ ਨਹੀਂ ਕੋਈ ਯੋਗੰਦਾਰ ਪਰ ਰੱਬ ਨੇ ਫੜੀ ਹੋਈ ਏ ਬੋਦੀ ਉਸ ਦੀ ਜ਼ਰੂਰ ਮੇਰਾ ਰੱਬੇ ਸਿੱਧੇ ਰਾਹ ਉਤੇ ਫੇਰ ਜੇ ਫਿਰ ਜਾਓਗੇ ਤਾਂ ਮੈਂ ਪਹੁੰਚਾ ਚੁੱਕਾ ਤੁਹਾਨੂੰ ਜੋ ਹੁਕਮ ਦੇ ਕੇ ਮੈਨੂੰ ਭੇਜਿਆ ਗਿਆ ਸੀ ਤੁਸਾਂ ਵੱਲ ਤੇ ਤੁਹਾਡੇ ਥਾਂ ਲਿਆਵੇਗਾ ਰੱਬ ਮੇਰਾ ਹੋਰ ਲੋਕ ਤਿੰਨਾ ਵਿਗਾੜ ਸਕੋਗੇ ਤੁਸੀਂ ਉਹਦਾ ਕੁਝ ਮੇਰਾ ਰੱਬ ਜ਼ਰੂਰ ਹਰ ਕਾਸੇ ਦਾ ਨਿਗਹਿਬਾਨ ਨੇ ਜਦ ਆਇਆ ਹੁਕਮ ਸਾਡਾ ਬਚਾ ਦਿੱਤਾ ਅਸਾਂ ਹੂਦ ਨੂੰ ਤੇ ਜਿਹੜੇ ਇਮਾਨਦਾਰ ਹੋਏ ਸਨ ਉਸ ਨਾਲ ਮੇਰੇ ਨਾਲ ਆਪਣੇ ਵੱਲੋਂ ਤੇ ਬਚਾ ਦਿੱਤਾ ਅਸਾਂ ਉਹਨਾਂ ਨੂੰ ਸਖਤ ਜ਼ਬੋ ਤੇ ਇਹਨੇ ਆਦ ਜਿਨ੍ਹਾਂ ਨਾਮ ਨਹੀਂਆਂ ਨਿਸ਼ਾਨੀਆਂ ਆਪਣੇ ਰੱਬ ਦੀਆਂ ਤੇ ਹੁਕਮ ਮੋੜਿਓ ਨੇ ਉਹ ਦਿੱਤਾ ਗਮਰਾ ਦਾ ਹੁਕਮ ਉਤੇ ਤੁਰੇ ਹਾਰੀ ਕਿ ਤੱਕੇ ਖੋਲੇ ਜ਼ਿੱਦੀ ਦੇ ਮਗਰ ਲੱਗ ਪਏ ਉਹਨੇ ਇਸ ਦੁਨੀਆ ਵਿੱਚ ਫਟਕਾਰ ਤੇ ਦਿਨ ਕਿਆਮਤ ਦੇ ਵੀ ਸੁਣ ਲਓ ਜ਼ਰੂਰ ਆਦ ਨੇ ਨੰਮਨੇ ਰੱਬ ਆਪਣੇ ਨੂੰ ਸੁਣ ਲਓ ਫਟਕਾਰ ਆਦ ਨੂੰ ਜੋ ਕੌਮ ਹੈ ਹੂਦ ਦੀ ਪੇਜਿਆ ਅਸਰ ਸਮੂਦ ਵੱਲ ਭਰਾ ਉਹਨਾਂ ਦਾ ਸਾਲੇ ਆਖਿਓ ਸੁ ਇਹ ਮੇਰੀ ਕੌਮ ਪੂਜੋ ਅੱਲਾ ਨੂੰ ਨਹੀਂ ਤੂੰ ਸਾਡੇ ਲਈ ਕੋਈ ਲਾਇਕ ਪੂਜਾ ਦੇ ਸਵਾ ਹੋ ਦੇ ਉਸੇ ਨੇ ਪੈਦਾ ਕੀਤਾ ਤੁਹਾਨੂੰ ਜ਼ਮੀਨ ਤੋਂ ਤੇ ਵਸਾਇਆ ਤੁਹਾਨੂੰ ਉਸ ਵਿੱਚ ਸੋ ਮਾਫੀ ਚਾਹੋ ਦੋਸਤੋ ਤੇ ਤੋਬਾ ਕਰੋ ਹੋ ਸਕੇ ਮੇਰਾ ਰੱਬ ਜ਼ਰੂਰ ਨੇੜੇ ਹੈ ਦੁਆ ਕਬੂਲ ਕਰਨ ਵਾਲਾ ਆਖਿਓ ਨੇ ਐਸਾ ਲੈ ਸਾਨੂੰ ਤੇਰੇ ਉੱਤੇ ਬੜੀ ਉਮੀਦ ਸੀ ਪਹਿਲੇ ਇਸ ਦੇ ਕਿਉਂ ਮਨਾ ਕਰਨਾ ਸਾਨੂੰ ਪੂਜਨ ਤੋਂ ਜਿਸ ਨੂੰ ਪੂਜਦੇ ਰੇ ਪੀਉਦਾ ਦੇ ਸਾਡੇ ਤੇ ਸਾਨੂੰ ਜ਼ਰੂਰ ਬੇਕਰਾਰ ਕਰਨ ਵਾਲਾ ਸ਼ੁਭ ਹੈ ਉਸ ਗੱਲ ਵਿੱਚ ਜਿਸ ਵਲ ਸਦਨਾ ਸਾਨੂੰ ਆਖਿਓ ਜੂ ਐ ਮੇਰੀ ਕੌਮ ਦੱਸੋ ਮੈਨੂੰ ਜੇ ਮੈਂ ਮੋੜਾ ਸਾਫ ਦਲੀਲ ਉੱਤੇ ਆਪਣੇ ਰੱਬ ਵੱਲੋਂ ਤੇ ਦਿੱਤੀ ਹੋ ਸੋ ਮੈਨੂੰ ਆਪਣੇ ਵੱਲੋਂ ਮਿਹਰ ਫਿਰ ਕੌਣ ਮਦਦ ਕਰੇ ਮੇਰੀ ਅੱਲਾ ਦੇ ਅਜ਼ਾਬਾਂ ਇਹ ਹੁਕਮ ਮੋੜਾ ਮੈਂ ਉਹਦਾ ਸੋ ਕੁਝ ਨਹੀਂ ਬਦਾਂਦੇ ਹੋ ਮੇਰਾ ਸਵਾ ਕਾਟੇ ਵਿੱਚ ਪਾਣ ਦੇ ਐ ਕੌਮ ਮੇਰੀ ਇਹ ਉਂਠਨੀ ਅੱਲਾ ਦੀ ਤੁਸਾਂ ਵਾਸਤੇ ਨਿਸ਼ਾਨੀ ਸੋ ਛੱਡ ਦਿਓ ਇਸ ਨੂੰ ਚੁਗੇ ਅੱਲਾ ਦੀ ਜ਼ਮੀਨ ਵਿੱਚ ਤੇ ਨਾ ਛੇੜਿਓ ਇਸ ਨੂੰ ਬੁਰੀ ਤਰ੍ਹਾਂ ਤਾਂ ਪਕੜੇਗਾ ਤੁਹਾਨੂੰ ਅਜ਼ਾਬ ਨੇੜੇ ਦਾ ਫਿਰ ਖੁੱਚਾ ਵੱਡਿਓ ਨੇ ਉਹਦੀਆਂ ਤਾਂ ਆਖਿਓ ਸੋ ਸਾਲੇ ਨੇ ਫਾਇਦਾ ਪਾ ਲੋ ਆਪਣੇ ਘਰਾਂ ਵਿੱਚ ਤਿੰਨ ਦਿਨ ਇਹ ਮਿਆਦ ਹੈ ਨਹੀਂ ਝੂਠ ਹੋਣੀ ਜਿਹੜੀ ਜਦ ਆਇਆ ਹੁਕਮ ਸਾਡਾ ਬਚਾ ਦਿੱਤਾ ਸੰਸਾਲੇ ਨੂੰ ਤੇ ਜਿਹੜੇ ਇਮਾਨਦਾਰ ਬਣੇ ਉਸ ਨਾਲ ਮੇਰੇ ਨਾਲ ਆਪਣੇ ਵੱਲੋਂ ਤੇ ਉਸ ਦਿਨ ਦੀ ਪੰਢੀ ਤੋਂ ਜ਼ਰੂਰ ਤੇਰਾ ਰੱਬ ਹੈ ਕਵਤ ਵਾਲਾ ਜ਼ੋਰ ਆਵਲ ਫੜਿਆ ਜ਼ਾਲਮ ਨੂੰ ਸਖਤ ਚੀਕ ਨੇ ਫਿਰ ਫਿਰ ਨੂੰ ਹੋ ਗਏ ਆਪਣੇ ਘਰਾਂ ਵਿੱਚ ਮੁਰਦੇ ਮੁੰਦੇ ਪਏ ਹੋਏ ਯੋ ਕਦੇ ਨਹੀਂ ਸੰ ਉੱਥੇ ਵਸਦੇ ਸੁਣ ਲੋ ਜ਼ਰੂਰ ਸਮੂਦ ਨੇ ਨਮਨਿਆ ਆਪਣੇ ਰੱਬ ਨੂੰ ਸੁਣ ਲਓ ਦੂਰ ਛੁੱਟੇ ਗਏ ਸਮੂਦ ਤੇ ਜ਼ਰੂਰ ਆਇਆ ਫਰਿਸ਼ਟਾ ਸਾਡੇ ਇਬਰਾਹੀਮ ਕੋਲ ਖੁਸ਼ਖਬਰੀ ਲੈ ਕੇ ਆਖਿਓ ਨੇ ਸਲਾਮ ਆਖਨੇ ਆ ਆਖਿਓ ਸੁ ਸਲਾਮ ਹੈ ਤੁਸਾਂ ਤੇ ਵੀ ਫਿਰ ਦੇਰ ਨਾ ਕੀਤੀਓ ਸੁ ਜੋ ਲੈ ਆਇਆ ਬੱਚਾ ਪੂਜਾ ਹੋਇਆ ਜਦ ਦੇਖਿਓ ਸੁ ਹਾਥੋਂ ਨ ਦੇ ਨਹੀਂ ਪਹੁੰਚਦੇ ਉਧਰ ਉਪਰ ਜਾਤੋ ਸੁ ਉਹਨਾਂ ਨੂੰ ਤੇ ਜੀਬ ਵਿੱਚ ਡਰ ਆਇਓ ਸੁ ਉਹਨਾਂ ਤੋਂ ਉਹਨਾਂ ਆਖਿਆ ਨਾ ਡਰ ਅਸੀਂ ਭੇਜੇ ਗਏ ਆਂ ਲੂਤ ਦੀ ਕੌਮ ਵੱਲ ਅਜ਼ਾਬ ਲੈ ਕੇ ਤੇਨ ਬੀਬੀ ਵੀ ਉਹ ਦੀ ਖਲੋਤੀ ਸੀ ਉਹ ਹੱਸ ਪਈ ਫੇਰ ਖੁਸ਼ਖਬਰੀ ਦਿੱਤੀ ਅਸਾਂ ਨੂੰ ਹੀ ਿਸਾਕ ਦਿੱਤੀ ਤੇ ਿਸਾਕ ਦੇ ਪਿਛੋਂ ਯਾਕੂਬ ਦੀ ਆਖੜ ਲੱਗੀ ਹੈ ਹੈ ਮੈਨੂੰ ਭਲਾ ਮੈਂ ਜਾਣਾਂਗੀ ਨਾਲੇ ਮੈਂ ਆ ਬੁੱਢੀ ਤੇ ਇਹ ਮੇਰਾ ਖਸਮ ਵੀ ਬੁੱਢਾ ਹੈ ਇਹ ਗੱਲ ਜ਼ਰੂਰ ਹੀ ਚਰਜੇ ਕ੍ਰਿਸ਼ਤੀ ਆਖਿਆ ਕਿਉਂ ਚਰਜ ਜਾਣਨੀ ਅੱਲਾ ਦੇ ਹੁਕਮ ਨੂੰ ਮੇਰੋ ਦੇ ਅੱਲਾਹ ਦੀ ਤੇ ਬਰਕਤਾਂ ਹੋਣੀਆਂ ਤੁਸਾਂ ਉੱਤੇ ਇਹ ਘਰ ਵਾਲਿਓ ਉਹ ਜ਼ਰੂਰ ਸੁਣਾਦਾ ਹੋਇਆ ਬੜਾਈ ਵਾਲਾ ਫਿਰ ਜਦ ਜਾਂਦਾ ਜਾਂਦਾ ਰਿਹਾ ਇਬਰਾਹੀਮ ਤੋਂ ਡਰ ਤੇ ਔਲਾਦ ਦੀ ਮਿਲਿਓ ਸੁ ਖੁਸ਼ਖਬਰੀ ਝਗੜਨ ਲਗਾ ਸਾਡੇ ਨਾਲ ਲੂਤ ਦੀ ਕੌਮ ਬਾਰੇ ਸ਼ਫਾਤ ਕਰਨ ਲਗਾ ਇਬਰਾਹੀਮ ਜ਼ਰੂਰ ਹੀ ਨਰਮ ਦਿਲ ਅੱਲਾਹ ਵਾਲੂ ਮੋੜ ਆਉਣ ਵਾਲਾ ਸੀ ਐ ਇਬਰਾਹੀਮ ਜਾਣਦੇ ਇਸ ਗੱਲ ਨੂੰ ਗਾਲੀ ਐ ਉਹ ਜੋ ਜ਼ਰੂਰ ਆ ਚੁੱਕਾ ਹੈ ਹੁਕਮ ਤੇਰੇ ਰੱਬ ਦਾ ਤੇ ਇਹ ਜੋ ਲੋਕ ਨੇ ਜ਼ਰੂਰ ਆਉਣ ਵਾਲਾ ਹੈ ਨਨੂ ਅਜ਼ਾਬ ਜੋ ਮੋੜਿਆ ਨਹੀਂ ਜਾਣਾ ਜਦ ਆਏ ਫਰਿਸ਼ਤੇ ਸਾਡੇ ਲੂਤ ਕੋਲ ਅਜ਼ੁਰਦ ਆਇਆ ਉਹਨਾਂ ਦੇ ਸਬਬੋਂ ਤੇ ਦਿਲੋਂ ਤੰਗ ਹੋਇਆ ਉਹਨਾਂ ਦੇ ਸਬਬੋਂ ਤੇ ਆਖਿਓ ਸੂ ਇਹ ਦਿਨ ਹੈ ਸਖਤ ਇਨਾ ਮਹਿਮਾਨਾਂ ਦੇ ਆਉਣ ਦੀ ਵਜਹ ਨਾਲ ਆ ਗਈ ਕੋਲ ਉਹਦੇ ਕੌਮ ਹੋਦੀ ਬੇਖਤਿਆਰ ਦੌੜਦੀ ਹੋਈ ਤੇ ਤਰ ਇਸ ਤੋਂ ਹੀ ਕਰਦੇ ਸਨ ਬਤਕਾਰੀਆਂ ਇਹੋ ਜੀਆਂ ਆਖਿਓ ਸੁ ਇਹ ਮੇਰੀ ਕੌਮ ਇਹ ਨੇ ਮੌਜੂਦ ਧੀਆਂ ਮੇਰੀਆਂ ਇਹ ਪਾਕ ਨੇ ਤੁਸਾਂ ਲਈ ਸੋ ਬਚੋ ਅੱਲਾ ਤੋਂ ਤੇ ਨਾ ਖੁਆਰ ਕਰੋ ਮੈਨੂੰ ਮੇਰੇ ਪਰੌਣਿਆਂ ਵਿੱਚ ਭਲਾ ਨਹੀਂ ਹੈ ਤੁਸਾਂ ਵਿੱਚੋਂ ਇੱਕ ਮਰਦ ਵੀ ਹੋਸ਼ ਵਾਲਾ ਆਖਿਓ ਨੇ ਜ਼ਰੂਰ ਤੂੰ ਜਾਣ ਚੁਕਾ ਹੈ ਪਰ ਨਹੀਂ ਸਾਨੂੰ ਧੀਆਂ ਤੇਰੀਆਂ ਦੀ ਕੁਝ ਲੋੜ ਤੇ ਤੂੰ ਜ਼ਰੂਰ ਹੀ ਜਾਣਨਾ ਜੋ ਅਸੀਂ ਚਾਹਨੇ ਆਂ ਆਖਿਓ ਜੇ ਕਦੇ ਚੱਲਦਾ ਮੇਰਾ ਤੁਸਾਂ ਨਾਲ ਜ਼ੋਰ ਜਾਂ ਮੈਨੂੰ ਥਾਂ ਜੁੜਦਾ ਕਿਸੇ ਕੋਲ ਮੇ ਜ਼ੋਰ ਆਵਰ ਕੋਲ ਤਾਂ ਮੈਂ ਤੁਹਾਨੂੰ ਸਿੱਧਾ ਕਰ ਦਿੰਦਾ ਆਖਿਓ ਨੇ ਐ ਲੂਤ ਅਸੀਂ ਭੇਜੇ ਹੋਏ ਆਂ ਤੇਰੇ ਰੱਬ ਦੇ ਹਰ ਗੀਤ ਨਾ ਪਹੁੰਚਣਗੇ ਤੇਰੇ ਤੀਕ ਤੂੰ ਲੈ ਜਾ ਕਰਦਿਆਂ ਆਪਣੇ ਨੂੰ ਕੁਝ ਰਾਤ ਰਹਿ ਤੇ ਨਾ ਭੌਕੇ ਵੇਖੇ ਤੁਸਾਂ ਵਿੱਚੋਂ ਕੋਈ ਸਵਾਲ ਔਰਤ ਤੇਰੀ ਦੇ ਜਿਹੜੀ ਨਾਲ ਨਹੀਂ ਜਾਏਗੀ ਤੇਰੇ ਇਓ ਗੱਲ ਏ ਜੇ ਪਹੁੰਚਣ ਵਾਲਾ ਏ ਇਹਨੂੰ ਜੋ ਪਹੁੰਚਿਆ ਏ ਉਹਨਾਂ ਨੂੰ ਜ਼ਰੂਰ ਉਹਨਾਂ ਦੇ ਵਾਦੇ ਦਾ ਵਕਤ ਏ ਫਜਰ ਵੇਲਾ ਕਿਉਂ ਨਹੀਂ ਇਹ ਫਜਰ ਨੇੜੇ ਨਹੀਂ ਜਦ ਆਇਆ ਹੁਕਮ ਸਾਡਾ ਕਰ ਦਿੱਤੀ ਅਸਾਂ ਉਹਨਾਂ ਵਸਤੀਆਂ ਨੂੰ ਇੱਠਲੀ ਉੱਤੇ ਤੇ ਬਸਾਇਆ ਅਸਾਂ ਉਹਨਾਂ ਪਿੰਡਾਂ ਉੱਤੇ ਪੱਥਰ ਖਿੰਗਰ ਦੇ ਤਾਬੜ ਤੋੜ ਪੱਥਰ ਨਿਸ਼ਾਨ ਲੱਗੇ ਹੋਏ ਤੇਰੇ ਰੱਬ ਵੱਲੋਂ ਤੇ ਨਹੀਂ ਇਹ ਸਜ਼ਾ ਇਹਨਾਂ ਜ਼ਾਲਿਮਾਂ ਤੋਂ ਕੁਝ ਦੂਰ ਤੇ ਭੇਜਿਆ ਸਮਦਿਨ ਵਾਲੇ ਭਰਾ ਉਹਨਾਂ ਦਾ ਸ਼ੁਆਇਬ ਆਖਿਓ ਸੁ ਇਹ ਮੇਰੀ ਕੌਮ ਪੂਜੋ ਅੱਲਾ ਨੂੰ ਨਹੀਂ ਤੁਸਾਂ ਲਈ ਕੋਈ ਲਾਇਕ ਪੂਜਾ ਦੇ ਸਵਾਹ ਹੋ ਦੇ ਤੇ ਨਾ ਘਟਾਓ ਟੋਪਾ ਤੇ ਤਰਕੜੀ ਜ਼ਰੂਰ ਮੈਂ ਵੇਖਣਾ ਤੁਹਾਨੂੰ ਇਸ ਊਦਗੀ ਵਿੱਚ ਤੇ ਜ਼ਰੂਰ ਮੈਨੂੰ ਡਰੇ ਤੁਸਾਂ ਉੱਤੇ ਘੇਰਨ ਵਾਲੇ ਦਿਨ ਦੇ ਅਜ਼ਾਬ ਦਾ ਇਹ ਮੇਰੀ ਕੌਮ ਪੂਰਾ ਕਰੋ ਟੋਪਾ ਤੇ ਤਰਕੜੀ ਇਨਸਾਫ ਨਾਲ ਦਿਨਾ ਘਟਾ ਦਿਓ ਲੋਕਾਂ ਨੂੰ ਚੀਜ਼ਾਂ ਉਹਨਾਂ ਦੀਆਂ ਕਿ ਨਾ ਫਿਰ ਉਹ ਮੁਲਕ ਵਿੱਚ ਫਸਾਦ ਮਚਾਉਂਦੇ। ਆਕੀ ਰੱਖਿਆ ਹੋਇਆ ਅੱਲਾਹ ਦਾ ਚੰਗਾ ਹੈ ਤੁਸਾਂ ਲਈ ਜੇ ਤੁਸੀਂ ਮੰਨਣ ਵਾਲੇ ਹੋ। ਨਹੀਂ ਮੈਂ ਤੁਸਾਂ ਉੱਤੇ ਕੁਝ ਰੱਖਾ। ਆਖਿਓ ਨੇ ਐ ਸ਼ੁਆਬ ਭਲਾ ਤੇਰੀ ਨਮਾਜ਼ ਤੇਨੂੰ ਹੁਕਮ ਕਰਦੀ ਏ ਪਈ ਅਸੀਂ ਛੱਡ ਲਈਏ ਜਿਸ ਨੂੰ ਪੂਜਦੇ ਰਹੇ ਨੇ ਪਿਓ ਦਾਦੇ ਸਾਡੇ ਯਾ ਛੱਡ ਦਈਏ ਕਰਨਾ ਆਪਣੇ ਮਾਲਾਂ ਵਿੱਚ ਜੋ ਚਾਹੀਏ। ਤੂੰ ਵੀ ਇਹ ਜ਼ਰੂਰ ਜਿਗਰੇ ਵਾਲਾ ਨੇਕ ਚਾਲ। ਆਖਿਓ ਸੁਐ ਮੇਰੀ ਕੌਮ ਦਸੋ ਨਾ ਨੂੰ ਜੋ ਹੋਇਆ ਮੈਂ ਦਲੀਲ ਉਤੇ ਆਪਣੇ ਰੱਬ ਵੱਲੋਂ ਤੇ ਦਿੱਤੀ ਸੁ ਮੈਨੂੰ ਆਪਣੇ ਵੱਲੋਂ ਰੋਜ਼ੀ ਸੋਣੀ ਤੇ ਮੈਂ ਨਹੀਂ ਚਾਹਂਦਾ ਤੁਸਾਂ ਤੋਂ ਛੁਡਵਾ ਕੇ ਆਪ ਜਾਣਾ ਉਸ ਕਮ ਵਲ ਜਿਸ ਤੋਂ ਮਨਾ ਕਰਨਾ ਤੁਹਾਨੂੰ ਮੈਂ ਨਹੀਂ ਚਾਹਂਦਾ ਪਰ ਸਵਾਰਨਾ ਜਿੱਥੋਂ ਤੀਕ ਮੇਰਾ ਜ਼ੋਰ ਚੱਲੇ ਕਿ ਮੇਰੀ ਤੌਫੀਕ ਨਹੀਂ ਪਰ ਅੱਲਾਹ ਦੀ ਮਦਦ ਨਾਲ ਉਸੇ ਹੀ ਉਤੇ ਮੈਂ ਭਰੋਸਾ ਕੀਤਾ ਤੇ ਉਸੇ ਵਾਲੇ ਮੁਰਨਾ ਇਹ ਮੇਰੀ ਕੌਮ ਨਾ ਘਟਵਾਏ ਤੁਹਾਨੂੰ ਦੁਸ਼ਮਣੀ ਮੇਰੀ ਇਹ ਜੋ ਪਹੁੰਚੇ ਤੁਹਾਨੂੰ ਉਸ ਵਾਂਗੂ ਜੋ ਪਹੁੰਚਿਆ ਸੀ ਨੂਦ ਦੀ ਕੌਮ ਨੂੰ ਯਹੂਦ ਦੀ ਕੌਮ ਨੂੰ ਯਾ ਸਾਲੇ ਦੀ ਕੌਮ ਨੂੰ ਤੇ ਨਹੀਂ ਕੌਮ ਲੂਤ ਦੀ ਤੁਸਾਂ ਤੋਂ ਕੁਝ ਦੂਰ ਵੀ ਤੇ ਬਖਸ਼ਵਾਓ ਆਪਣੇ ਰੱਬ ਤੋਂ ਫਿਰ ਤੋਬਾ ਕਰੋ ਸਕੇ ਮੇਰਾ ਰੱਬ ਜ਼ਰੂਰ ਮਿਹਰਬਾਨ ਹੈ ਦੋਸਤ ਰੱਖਣ ਵਾਲਾ ਆਖਿਓ ਨੀ ਐ ਸ਼ਵੈਬ ਅਸੀਂ ਨਹੀਂ ਸਮਝਦੇ ਬਹੁਤ ਗੱਲਾਂ ਜੋ ਤੂੰ ਆਖਣਾ ਹੈ ਜੇ ਅਸੀਂ ਜ਼ਰੂਰ ਹੀ ਵੇਖਨੇ ਆ ਤੈਨੂੰ ਆਪਣੇ ਵਿੱਚ ਕਮਜ਼ੋਰ ਜਿਹਾ ਆਦਮੀ ਤੇ ਜੇ ਕਦੇ ਨਾ ਹੁੰਦਾ ਕੋੜਮਾ ਤੇਰਾ ਤਾਂ ਬੱਟੇ ਮਾਰ ਕੇ ਮਾਰ ਦਿੰਦੇ ਅਸੀਂ ਤੈਨੂੰ ਤੇ ਨਹੀਂ ਤੂੰ ਸਾਡੇ ਸਾਹਮਣੇ ਕੁਝ ਜ਼ੋਰਾਵਰ ਅਖਿਓ ਸੁਆ ਮੇਰੀ ਕੌਮ ਭਲਾ ਕੋੜਵੇਂ ਮੇਰੇ ਦਾ ਬਧੀਰਾ ਦਬਾਏ ਤੂੰ ਸਾ ਉਤੇ ਅੱਲਾ ਨਾਲੋਂ ਤੇ ਪਕੜਿਆ ਜੇ ਉਸ ਨੂੰ ਆਪਣੇ ਮਗਰ ਪਿੱਛੇ ਸੁਟਿਆ ਹੋਇਆ ਜਾਣ ਲਓ ਜ਼ਰੂਰ ਮੇਰੇ ਰੱਬ ਦੇ ਕਾਬੂ ਵਿੱਚ ਜੋ ਕਰਦੇ ਹੋ ਤੇ ਇਹ ਮੇਰੀ ਕੌਮ ਕੰਮ ਕਰੀ ਜਾਓ ਆਪਣੇ ਤਰੀਕੇ ਉੱਤੇ ਮੈਂ ਨਹੀਂ ਕੰਮ ਕਰਨਾ ਅੱਗੋਂ ਜਲਦੀ ਜਾਣ ਲਵੋਗੇ ਕੌਣ ਜਿਸੁੱਤਿਆ ਹੁੰਦਾ ਹੈ ਅਜ਼ਾਬ ਜੋ ਖਾਰ ਕਰੇ ਉਸਨੂੰ ਤੇ ਕੌਣ ਹੈ ਝੂਠਾ ਤੇ ਉਡੀਕ ਉਹ ਮੈਂ ਵੀ ਤੁਹਾਡੇ ਨਾਲ ਉਡੀਕਣਾ ਤੇ ਜਦ ਆਇਆ ਹੁਕਮ ਸਾਡਾ ਬਚਾ ਦਿੱਤਾ ਅਸਾਂ ਸ਼ੁਆਇਬ ਨੂੰ ਤੇ ਜਿਹੜੇ ਇਮਾਨਦਾਰ ਬਣੇ ਉਸ ਨਾਲ ਮਿਹਰ ਨਾਲ ਆਪਣੇ ਵੱਲੋਂ ਤੇ ਪਕੜਿਆ ਜ਼ਾਲਮਾਂ ਨੂੰ ਇੱਕ ਸਖਤ ਚੀਕ ਨੇ ਫਿਰ ਫਜਰ ਨੂੰ ਹੋ ਗਏ ਆਪਣੇ ਘਰਾਂ ਵਿੱਚ ਮੁਰਦੇ ਮੂੰਹ ਦੇ ਪਏ ਹੋਏ ਜਿਉਂ ਕਦੇ ਨਹੀਂ ਵੱਸਦੇ ਸਨ ਉੱਥੇ ਸੁਣ ਲਓ ਦੂਰ ਹੋ ਗਏ ਮਦਿਆਂ ਵਾਲੇ ਜਿਉਂ ਦੂਰ ਹੋਏ ਸਮੂਦ ਤੇ ਜ਼ਰੂਰ ਭੇਜਿਆ ਆਸਾ موسی ਨੂੰ ਆਪਣੀਆਂ ਨਿਸ਼ਾਨੀਆਂ ਤੇ ਦਲੀਲ ਸਾਫ਼ ਦੇ ਕੇ ਫਰਾਉਨ ਤੇ ਉਹਦੇ ਸਰਦਾਰਾਂ ਵੱਲ ਪਰ ਉਹ ਤੁਰਦੇ ਫਰਾਉਨ ਦੇ ਹੁਕਮ ਉਤੇ ਤੇ ਨਹੀਂ ਸੀ ਹੁਕਮ ਫਰਾਉਨ ਦਾ ਕੁਝ ਨੇਕ ਚਾਲ ਦਾ ਉਹ ਮੋਰੇ ਲੱਗੇਗਾ ਕੌਮ ਆਪਣੀ ਦੇ ਦਿਨ ਕਿਆਮਤ ਦੇ ਫੇਰ ਪਹੁੰਚਾਏਗਾ ਉਹਨਾਂ ਨੂੰ ਆਗੂ ਤੇ ਤੇ ਕਿਆ ਬੁਰਾ ਪਤਨ ਹੈ ਕੋਈ ਜਿਸ ਉਤੇ ਪਹੁੰਚੇ ਮਗਰ ਲਗ ਪਈਓ ਨੇ ਇਸ ਜਾਨ ਵਿੱਚ ਫਟਕਾਰ ਤੇ ਦਿਨ ਕਿਆਮਤ ਦੇ ਕਿਆ ਬੁਰਾ ਇਨਾਮ ਹੈ ਜੋ ਮਿਲਿਆ ਇਹਨੇ ਕੁਝ ਖਬਰਾਂ ਬਸਤੀਆਂ ਦੀਆਂ ਜਿਸ ਦਾ ਅਸੀਂ ਬਿਆਨ ਕਰਨਿਆ ਤੇਰੇ ਅੱਗੇ ਤੇ ਕੋਈ ਉਹਨਾਂ ਵਿੱਚੋਂ ਖਲੋਤੀ ਏ ਤੇ ਕੋਈ ਪੁੱਟੀ ਗਈ ਤੇ ਅਸਾਂ ਨਹੀਂ ਜ਼ੁਲਮ ਕੀਤਾ ਉਹਨਾਂ ਉਤੇ ਪਰ ਆਪ ਜ਼ੁਲਮ ਕੀਤਾ ਨੇ ਆਪਣੇ ਉਤੇ ਫੇਰ ਕੁਝ ਕੰਮ ਨਾ ਆਏ ਉਹਨਾਂ ਦੇ ਮਾਬੂਦ ਉਹਨਾਂ ਦੇ ਜਿਨ੍ਹਾਂ ਨੂੰ ਸੱਦੇ ਸੰਸਾਰ ਅੱਲਾ ਦੇ ਜਦ ਆ ਚੁਕਾ ਹੁਕਮ ਤੇਰੇ ਰਬ ਦਾ ਤੇ ਕੁਝ ਨਾ ਵਿਧਾਈਓ ਨੇ ਉਹਨਾਂ ਦਾ ਸਵਾਬ ਬਰਬਾਦ ਕਰਨ ਦੇ ਇਸੇ ਤਰ੍ਹਾਂ ਹੀ ਪકડ ਤੇਰੇ ਰਬ ਦੀ ਜਦੋਂ ਪਕੜਦਾ ਹੈ ਜ਼ਾਲਮ ਵਸਤੀਆਂ ਨੂੰ ਉਹਦੀ ਪਕੜ ਜ਼ਰੂਰ ਸਖਤ ਤੇ ਦੁਖ ਦੇਣ ਵਾਲੀ ਜ਼ਰੂਰ ਇਸ ਵਿੱਚ ਨਿਸ਼ਾਨੀ ਉਸ ਲਈ ਜਿਹੜਾ ਡਰਿਆ ਆਖਰਤ ਦੇ ਅਜ਼ਾਬੋਂ ਉਹ ਹੀ ਇੱਕ ਦਿਨ ਜਿਸ ਵੀ ਇਕੱਠੇ ਕੀਤੇ ਜਾਣਗੇ ਲੋਕ ਤੇ ਉਹ ਹੀ ਇੱਕ ਦਿਨ ਜਿਸ ਵਿੱਚ ਆਦਰ ਕੀਤੇ ਜਾਣਗੇ ਤੇ ਨਹੀਂ ਪਛੇਰੇ ਪਾਉਂਦੇ ਅਸੀਂ ਉਸ ਨੂੰ ਪਰਵਾਸਤੇ ਗੁਜ਼ਰਨੇ ਇੱਕ ਮੁੱਦਤ ਗਿਣੀ ਚੁਣੀ ਹੋਈ ਤੇ ਇਸ ਦਿਨ ਆਵੇਗਾ ਨਾ ਬੋਲ ਸਕੇਗਾ ਕੋਈ ਪਰ ਉਹਦੇ ਹੁਕਮ ਨਾਲ ਫਿਰ ਕੋਈ ਉਹਨਾਂ ਵਿੱਚੋਂ ਉਸ ਦਿਹਾੜੇ ਬਦਬਖਤ ਤੇ ਕੋਈ ਨੇਕ ਬਖਤ ਹੋਏਗਾ ਜਿਹੜੇ ਬਦਬਖਤ ਹੋਏ ਸੋ ਅੱਗ ਵਿੱਚ ਨੇ ਉਹਨਾਂ ਉੱਥੇ چیقنا تیڑ سدا رہن گے اوتھے جد تھی قائم رح آسمان زمین پر جو رب چاہے گا ضرور تیرا رب کاری لیندا ہے جو چاہے جڑے نیک بخت ہوئے سو بہشت نے سدا رہن گے اوتھے جد تائم آسمان زمین پر جو چاہے رب تیرا بخشے چھے بے اوڑک انہوں اے حبیب تُک وچ نہ پاؤ ਅਜ਼ਾਬ ਹੋਣੇ ਤੋਂ ਪੂਜਣੇ ਇਹਨਾਂ ਲੋਕਾਂ ਦੇ ਥੀ ਨਹੀਂ ਪੂਜਦੇ ਪਰ ਜਿਉਂ ਪੂਜਦੇ ਸਨ ਪਿਉ ਦਾਦੇ ਇਹਨਾਂ ਦੇ ਪਹਿਲੇ ਤੇ ਅਸਾਂ ਜ਼ਰੂਰ ਪੂਰਾ ਦੇਣਾ ਹੈ ਉਹਨਾਂ ਨੂੰ ਹਿੱਸਾ ਉਹਨਾਂ ਦਾ ਕੁਝ ਘਟਾਇਆ ਬਗੈਰ ਜ਼ਰੂਰ ਅਸਾਂ ਦਿੱਤੀ موسی ਨੂੰ ਕਿਤਾਬ ਫੇਰ ਇਖਤਲਾਫ ਪਾਇਓ ਨੇ ਉਸ ਬਾਰੇ ਵਿੱਚ ਜਿਸ ਤਰ੍ਹਾਂ ਹੋਣ ਪੈ ਕਰਦੇ ਨੇ ਤੇ ਜੇ ਕਦੇ ਨਾ ਹੁੰਦੀ ਇੱਕ ਗੱਲ ਜੋ ਪਹਿਲੇ ਨਿਕਲ ਚੁੱਕੀ ਹੈ ਤੇਰੇ ਰੱਬ ਵੱਲੋਂ ਯਾਨੀ ਇਹਨਾਂ ਦੇ ਇਸ ਗਾਇਰ ਅੱਲਾਹ ਦੀ ਪੂਜਾ ਕਰਨੇ ਤੋਂ ਅਜ਼ਾਬ ਉਤਰਨੇ ਵਿੱਚ ਸ਼ੱਕ ਨਾ ਕਰੋ ਤਾਂ ਫੈਸਲਾ ਹੋ ਜਾਂਦਾ ਉਹਨਾਂ ਵਿੱਚ ਤੇ ਉਹਨਾਂ ਨੂੰ ਜ਼ਰੂਰ ਸ਼ੱਕ ਕੇ ਇਸ ਵਿੱਚ ਬੇਕਰਾਰ ਕਰਨ ਵਾਲਾ ਹਰ ਕਿਸੇ ਨੂੰ ਜਦ ਵੇਲਾ ਆਵੇਗਾ ਤੇਰਾ ਰੱਬ ਜ਼ਰੂਰ ਦੇਗਾ ਬਦਲਾ ਉਹਨਾਂ ਦੇ ਅਮਲ ਦਾ ਉਹਨੂੰ ਜ਼ਰੂਰ ਖਬਰ ਹੈ ਜੋ ਕਰਦੇ ਨੇ اے ਹਬੀਬ ਸੋ ਤੂੰ ਸਾਬਤ ਕਦਮ ਰਹੋ ਜਿਉਂ ਤੈਨੂੰ ਹੁਕਮ ਹੋਇਆ ਤੇ ਉਹ ਜਿਨ ਤੋਬਾ ਕੀਤੀ ਤੇਰੇ ਨਾਲ ਤੇ ਹੱਦੋਂ ਨਾ ਲੰਘੋ ਜ਼ਰੂਰ او دا جو کر دے ہو تے چکو ذرا ضالما کدروں بھی پھر تو انو تو تو مدد نہ ملے گی درست پڑو نماز دو طرفی دن دے یعنی فجر سے مغرب بھی لے ایک قسع رات نیکیاں ضرور دور کردیا نا بر نصیت نصیت لین لے تے سہدا رہے ਫਿਰ ਜਰੂਰ ਅੱਲਾ ਐਵੇਂ ਨਹੀਂ ਗੁਵਾੰਦਾ ਮਜ਼ਦੂਰੀ ਨੇਕੀ ਵਾਲਿਆਂ ਦੀ ਫਿਰ ਕਿਉਂ ਨਾ ਹੋਏ ਤੁਸੀਂ ਤੋਂ ਪਹਿਲੀਆਂ ਸੰਗਤਾਂ ਵਿੱਚੋਂ ਅਕਲ ਵਾਲੇ ਜਿਹੜੇ ਇਹ ਮਨਨ ਕਰਦੇ ਲੋਕਾਂ ਨੂੰ ਵਿਗਾੜ ਪਾਣੇ ਤੋਂ ਮੁਲਕ ਵਿੱਚ ਅਜਿਹੇ ਲੋਕ ਹੋਏ ਵੀ ਪਰ ਥੋੜੇ ਜਿਹੜੇ ਬਚਾ ਦਿੱਤੇ ਅਸਾਂ ਉਹਨਾਂ ਸੰਗਤਾਂ ਵਿੱਚੋਂ ਬਲਣਾ ਮਗਰ ਪਏ ਰਹੇ ਜ਼ਾਲਮ ਲੋਕ ਉਸ ਕੰਮ ਦੇ ਜਿਸ ਵਿੱਚ ਬਾਹਰ ਦਿੱਖਿਓ ਨੇ ਤੇ ਹੈ ਸਨ ਪਾਪੀ ਨਹੀਂ ਹੈ ਰੱਬ ਤੇਰਾ ਜੋ ਬਰਬਾਦ ਕਰੇ ਵਸਤੀਆਂ ਨੂੰ ਜ਼ੁਲਮ ਨਾਲ ਹਾਲਾਂਕਿ ਲੋਕ ਉਥੋਂ ਦੇ ਇਸਲਾ ਕਰਨ ਵਾਲੇ ਹੋਣ ਤੇ ਜੇ ਕਦੇ ਚਾਹਦਾ ਰੱਬ ਤੇਰਾ ਤਾਂ ਕਰ ਦਿੰਦਾ ਲੋਕਾਂ ਨੂੰ ਇੱਕ ਹੌਮਤ ਤੇ ਹਮੇਸ਼ਾ ਰਹਿਣਗੇ ਹੁਣ ਝਗੜਦੇ ਪਰ ਜਿਸ ਉਤੇ ਮਿਹਰ ਕੀਤੀ ਤੇਰੇ ਰੱਬ ਨੇ ਤੇ ਐਸੇ ਗੱਲ ਲਈ ਪੈਦਾ ਕੀਤਾ ਸੂ ਉਹਨਾਂ ਨੂੰ ਤੇ ਪੂਰੀ ਨਿਕਲੀ ਏ ਗੱਲ ਤੇਰੇ ਰੱਬ ਦੀ ਭਾਈ ਮੈਂ ਜ਼ਰੂਰ ਪਰਣਾ ਦੋਸਤ ਜਿੰਨਾ ਤੇ ਆਦਮੀਆਂ ਇਕੱਠਿਆਂ ਨਾਲ ਸਭ ਕੁਝ ਅਸੀਂ ਬਿਆਨ ਕਰਨੇ ਆਏ ਹਬੀਬ ਤੇਰੇ ਅੱਗੇ ਖਬਰਾਂ ਪੈਗਮਰਾਂ ਦੀਆਂ ਜਿਸ ਨਾਲ ਅਸੀਂ ਤਸੱਲੀ ਦੇਈਏ ਤੇਰੇ ਦਿਲ ਨੂੰ ਤੇ ਪਹੁੰਚਿਆ ਤੈਨੂੰ ਇਸ ਵਿੱਚ ਹਕੀਕਤ ਦਾ ਇਲਮ ਤੇ ਸੱਚ ਤੇ ਬਾਜ਼ ਤੇ ਨਸੀਹਤ ਇਮਾਨਦਾਰਾਂ ਨੂੰ ਤੇ ਆਖਦੇ ਨੇ ਉਹਨਾਂ ਨੂੰ ਜਿਹੜੇ ਨਹੀਂ ਮੰਨਦੇ ਕੰਮ ਕਰੀ ਜਾਓ ਆਪਣੇ ਤਰੀਕੇ ਉੱਤੇ ਅਸੀਂ ਵੀ ਕੰਮ ਕਰਨੇ ਆ ਤੇ ਉਡੀਕੋ ਅਸੀਂ ਵੀ ਉਡੀਕਨੇ ਆ ਤੇ ਅੱਲਾ ਹੀ ਕੋਲ ਹੈ ਖਬਰ ਛੁਪੀ ਹੋਈ ਚੀਜ਼ ਅਸਮਾਨਾਂ ਤੇ ਜ਼ਮੀਨ ਦੀ ਤੇ ਉਸੇ ਹੀ ਵਾਲ ਮਰਦਾ ਹੈ ਸਭ ਕਾ ਸੋ ਪੂਜੋ ਉਸ ਨੂੰ ਤੇ ਭਰੋਸਾ ਕਰੋ ਉਸ ਉਤੇ ਕਿ ਤੇਰੇ ਰੱਬ ਨੂੰ ਭੁੱਲਾਇਆ ਨਹੀਂ ਜੋ ਕਰਦੇ ਨੇ